ਲੱਗਦਾ ਹੋਇਆ, ਪੂਰਾ ਜ਼ੋਰ ਲੱਗਾ ਹੋਇਆ ਤੇ ਅਸ਼ੋਕ ਜੈਤੋ ਦਾ ਫੈਸਲਾ ਵੀ ਨੰਬਰ ਜਾਫੀਆਂ ਦੇ ਉੱਤੇ ਪੁਆਇੰਟ ਕੌਂਕਿਆਂ ਦੀ ਟੀਮ ਦੇ ਉੱਤੇ ਜੁੜਦਾ ਹੋਇਆ। ਲੈ ਵੀ ਖਾਰੇ ਵਾਲਿਆ ਕਿਰਪਾ ਕਰਕੇ ਇਹ ਦਰਸ਼ਕ ਬੇਨਤੀਆਂ ਕਰ ਰਹੇ ਹੈ ਵੀ ਬੈਠ ਜਾਓ ਕਿਉਂਕਿ ਮੈਚ ਦੇਖਣ 'ਚ ਪ੍ਰੋਬਲਮ ਆਉਂਦੀ ਹੈ। ਸਾਰੇ ਸਿਆਣੇ ਤੇ ਸੀਨੀਅਰ ਖਿਡਾਰੀਓ ਸਾਡੀ ਗੁਜ਼ਾਰਿਸ਼ ਹੈ ਵੀ ਕਿਰਪਾ ਕਰਕੇ ਬੈਠ ਜਾਓ। ਸਿਕਿਉਰਿਟੀ ਗਾਰਡ ਨੂੰ ਵੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਉਹਨੇ ਪਲੇਅਰ ਲੰਘਣ ਦਿਓ ਜਿਨ੍ਹਾਂ ਦਾ ਮੈਚ ਹੈ। ਇੱਧਰ ਫਿਰ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿਕਰੂ ਬਣੇ ਵੀ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ। ਲਓ ਬਰਾੜ ਪਰਿਵਾਰ ਦਾ ਕਰਮ ਸਿੰਘ ਇੱਕ ਹੋਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਨੰਬਰ ਕੌਂਕਿਆਂ ਦੀ ਟੀਮ ਦੇ ਹਿੱਸੇ ਹੈ। ਮੇਰੇ ਹਿਸਾਬ ਨਾਲ ਇਸ ਮੈਚ ਦਾ ਰਿਜ਼ਲਟ ਕੀ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਾਂਗੇ। ਪਿੰਡਰਾਂ ਦੇ ਪੁਆਇੰਟ ਹੈ ਜੀ 9.5, ਪਿੰਡਰਾਂ ਦੇ 9.5 ਤੇ ਕੌਂਕਿਆਂ ਦੇ ਪੁਆਇੰਟ ਹੈ 11। ਤਾੜੀ ਮਾਰ ਦਿਓ, ਕੌਂਕਿਆਂ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਇੱਧਰ ਸਾਡੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੈਮੀ ਫਾਈਨਲ ਮਾਈਕਾਂ ਦੀਆਂ ਟਾਈਆਂ ਗਰਾਊਂਡ ਦੇ ਵਿੱਚ ਕੱਢ ਰਹੇ ਹੈ। ਅਗਲਾ ਮੈਚ ਖਾਰਾ ਵਰਸਜ ਡਰੋਲੀ ਭਾਈ, ਉਹ ਵੀ ਦੋਨੋਂ ਟੀਮਾਂ ਜਲਦੀ ਦੇ ਨਾਲ ਸੈਂਟਰ ਲਾਈਨ ਤੇ ਪੁੱਜਣ, ਖਾਰਾ ਤੇ ਡਰੋਲੀ ਭਾਈ। ਹੈਲੋ, ਉਧਰ ਸਾਡਾ ਵੀਰ ਭਿੰਡਰਾਂ ਤੋਂ ਪੁੱਜਿਆ ਬਦਨੀ, ਠੀਕ ਹੈ ਜੀ। ਉਹਨੇ ਵੀ ਆਪਣਾ ਪ੍ਰਦਰਸ਼ਨ ਕਰਨਾ ਤੇ ਤੁਸੀਂ ਉਹਦਾ ਵੀ ਮਾਨ ਸਨਮਾਨ ਕਰਨਾ ਹੈ, ਕਿਉਂਕਿ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਕਿਉਂਕਿ ਹਰ ਇੱਕ ਇਨਸਾਨ ਦਾ ਮੇਲਾ ਹੈ। ਅੱਜ ਜ਼ਿਲ੍ਹੇ ਫਰੀਦਕੋਟ ਦਾ ਨਗਰ ਮੇਰੇ ਵੀਰੋ ਕੋਟ ਸੁਖੀਆ, ਮੈਚ ਬਹੁਤ ਤਕੜਾ ਖੇਡਿਆ ਜਾਣਾ। ਡਰੋਲੀ ਲੈ ਵੀ ਨੌਜਵਾਨਾਂ ਕਰਦੇ, ਤੂੰ ਵੀ ਆਪਣਾ ਪ੍ਰਦਰਸ਼ਨ, ਇਸ ਵੀਰ ਦਾ ਵੀ ਤੁਸੀਂ ਜਿਹੜਾ ਸਨਮਾਨ ਜ਼ਰੂਰ ਕਰਨਾ ਹੈ। ਰੈਫਰੀ ਸਾਹਿਬ ਜੀ ਮਾਰੋ ਜੀ ਵਿਸਲਾ, ਟਾਸ ਹੁਣ ਜਾ ਰਹੀ ਹੈ, ਆਪਾਂ ਸਾਈਡਾਂ ਨੋਟ ਕਰਵਾਵਾਂਗੇ। ਰੈਂਪੇ ਕਿਹੜੀ ਸਾਈਡ ਲੈਣੀ ਹੈ ਵੀਰੇ? ਡਰੋਲੀ ਭਾਈ ਦੀ ਟੀਮ ਜਿਹੜੀ ਹੈ ਇੱਧਰ ਖੇਤਾਂ ਵਾਲੀ ਸਾਈਡ ਚਲੀ ਗਈ ਹੈ। ਕੋਈ ਗੱਲ ਨੀ ਕਰੋ ਜੀ, ਤੁਸੀਂ ਆਪਣਾ ਪ੍ਰਦਰਸ਼ਨ ਕਰੋ ਜੀ। ਬਦਨੀ ਕਲਾਂ ਤੋਂ ਸਾਡਾ ਵੀਰ ਪੁੱਜਿਆ, ਆਪਣਾ ਪ੍ਰਦਰਸ਼ਨ ਕਰ ਰਿਹਾ, ਤੁਸੀਂ ਇਹਦਾ ਵੀ ਜ਼ਰੂਰ ਮਾਣ ਸਨਮਾਨ ਕਰਨਾ ਹੈ। ਬੋਲਤੇ ਦੇ ਉੱਪਰ ਆਖੇ ਆਪਣਾ ਜਿਹੜਾ ਪ੍ਰਦਰਸ਼ਨ ਕਰਦਾ ਹੋਇਆ। ਸੈਮੀ ਫਾਈਨਲ ਮੈਚ ਦੀਆਂ ਟਾਈਲਾਂ ਜਿਹੜੀਆਂ ਨਿਕਲ ਚੁੱਕੀਆਂ, ਕੌਂਕੇ ਵਾਰਸੀ ਕੜਿਆਲ ਤੇ ਜੇਤੂ ਜਿਹੜੀ ਟੀਮ ਆ ਮੈਚ ਦੇ ਵਿੱਚ ਜਿੱਤ ਗਈ ਉਸ ਟੀਮ ਦਾ ਮੈਚ ਜਿਹੜਾ ਕੋਟ ਸੁਖੀ ਦੇ ਨਾਲ ਖੇਡਿਆ ਜਾਣਾ। ਤਾੜੀਆਂ ਮਾਰ ਦਿਓ ਜੀ ਆ ਵੀਰ ਦੇ ਲਈ ਵੀ, ਜਿਹਨੇ ਆਪਣਾ ਪ੍ਰਦਰਸ਼ਨ ਕੀਤਾ ਜੀ। ਹੈਲੋ, ਬੋਤਲ ਚੱਕ ਰਹੇ ਸ਼ੌਂਕੀ ਵੀਰ, ਥੋੜੀ ਜਿਹੀ ਸਾਈਡ ਤੇ ਕਰਦੇ ਬੋਤਲਾਂ। ਰੈਫਰੀ ਸਾਹਿਬ ਜੀ ਮਾਰੋ ਜੀ ਵਿਸਲਾ ਕਰਾਈਏ ਮੈਚ ਸ਼ੁਰੂ। ਹੈਲੋ, ਲਓ ਪਹਿਲੀ ਕਬੱਡੀ ਖੇਡ ਦੇ ਮੈਦਾਨ ਵਿੱਚ, ਮੇਰੇ ਮਾਲੇ ਦੀ ਧਰਤੀ ਦਾ ਲੱਖਾ ਡਰੋਲੀ ਭਾਈ ਦੀ ਟੀਮ ਦੇ ਲਈ ਲੱਖਾ ਮਾਲੇ ਵਾਲਾ ਸਮੇਂ ਕਬੱਡੀ ਪਾਉਂਦਾ ਹੋਇਆ। ਉਧਰ ਖਾਰੇ ਦੀ ਟੀਮ ਨੇ ਵੇਖਾਂਗੇ ਵੀ 4 ਜਾਫੀ ਮੇਰੇ ਵੀਰੋ ਨਾਲ ਦੇਖਾਂਗੇ ਵੀ ਇੱਕ ਕੰਨੀ ਤੇ ਸੱਦਾ ਸਿੰਘਲ ਦੀ ਧਰਤੀ ਦਾ ਬੂਟਾ, ਆ ਬੂਟਾ ਕਹਿੰਦੇ ਨੇ ਵੀ ਸੱਦਾ ਸਿੰਘ ਵਾਲਾ ਪਿੰਡ ਆ ਖਿਡਾਰੀ ਦਾ, ਡਗਰੂ ਦੇ ਲਾਗੇ ਕਹਿ ਸਕਦੇ ਆ, ਆ ਖਿਡਾਰੀ ਦਾ ਪਿੰਡ ਮੇਸ਼ਰੀ ਸੰਧੂਆਂ ਦੇ ਲਾਗੇ ਪਿੰਡ ਪੈ ਜਾਂਦਾ ਬੂਟਾ, ਸੱਦਾ ਸਿੰਘਲ ਦੀ ਧਰਤੀ ਦਾ ਲੱਖਾ ਮਾਲੇ ਵਾਲਾ ਅੰਕ ਲੱਖੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਇਸ ਵੀਰ ਦੀ ਕਹਿੰਦੇ ਨੇ ਵੀ ਘਰ ਵਾਲੀ ਵੀ ਹੈਂਡੀਕੈਪਟ ਹੈ, ਇੱਕ ਬੱਚਾ ਇਸ ਵੀਰ ਦਾ, ਜਿਹਨੇ ਪ੍ਰਦਰਸ਼ਨ ਕੀਤੇ ਦਾ ਤੁਸੀਂ ਜ਼ਰੂਰ ਮਾਣ ਸਨਮਾਨ ਕਰਨਾ ਹੈ। ਲਓ ਖਾਰਾ ਪਿੰਡ ਹੈ, ਲੱਖਾ ਨਾਮ ਆ ਮੇਰੇ ਵੀਰਿਓ, ਖਾਰੇ ਦੀ ਧਰਤੀ ਦਾ ਲੱਖਾ ਸ਼ਕਤੀਮਾਨ ਦਾ ਪਿੰਡ ਕਹਿੰਦੇ ਨੇ ਵੀ ਖਾਰਾ, ਬਾਬੇ ਗਾਂਧੀ ਦੀ ਧਰਤੀ ਹੈ, ਖਾਰੇ ਦੀ ਧਰਤੀ ਹੈ, ਲਓ ਲੱਖਾ ਖਾਰੇ ਵਾਲਾ। ਹੈਲੋ, ਲਓ ਲੱਖਾ ਖਾਰੇ ਵਾਲਾ ਮੇਰੇ ਵੀਰੋ ਅੰਕ ਲੈ ਕੇ ਵਾਪਸ ਪਹੁੰਚਦਾ ਹੋਇਆ ਆਪਣੀ ਟੀਮ ਦੇ ਲਈ। ਸਲੀਨਾ ਪਿੰਡ ਹੈ ਮੇਰੇ ਵੀਰੋ ਆ ਖਿਡਾਰੀ ਦਾ, ਗੁਰਜੀਤ ਨਾਮ ਹੈ ਸਲੀਨੇ ਵਾਲੇ, ਗੁਰਜੀਤ ਦਾ ਸਮੇਂ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਸਲੀਨੇ ਵਾਲੇ ਗੁਰਜੀਤ ਦੀ ਮੈਦਾਨ ਦੇ ਵਿੱਚ ਕਬੱਡੀ ਹੈ। ਉਧਰ ਦੇਖਾਂਗੇ ਵੀ ਜ਼ਿਲ੍ਹੇ ਫਰੀਦਕੋਟ ਨੂੰ ਬਿਲੋਂਗ ਕਰਦੀ ਟੀਮ ਖਾਰੇ ਦੀ ਹੈ, ਖਾਰੇ ਦੇ 4 ਜਾਫੀ ਹੈ, ਸਲੀਨੇ ਵਾਲਾ ਗੁਰਜੀਤ ਦਾ ਮੋਗੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਸਮੇਂ ਧਾਵੀ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਕਿਸ ਜਾਫੀ ਨੇ ਤਕੜਾ ਜਫਾ ਲਾਉਣਾ ਹੈ।
कबड्डी 48 किलो दी फाइनल वाली दोनों टीम चलती मैदान खतरे का घुग्गू बोल गया कबड्डी 48 किलो दी फाइनल दोनों टीम जड़िया मैदान के लागे रहना कबड्डी 48 किलो का भी फाइनल मैच होना है लो मैदान कबड्डी मेरे वीरियो उधर चल रहे कबड्डी 365 मैचा के मेरे वीरियो लाइव तक रहे साढ़े यार रमना यूएसए वाला उधर साडा वीर अमीत मेरे वीरो अनप्रीत बराड़ वर्गे नाल हैप्पी यूएसए साडा वीर सोनी स्वीडन सारे वीर इन मैचों का नजारा इधर तक रहे है लो लखा माले वाला समय अगली कबड्डी खेलने लिए फिर मैदान बंद हुए है लै भी तकड़ा हो जा खारे वाले नौजवान सदा सिंह वाल के बूटे की गल होनी है जा मेरे वीर उधर देखांगे खारे की जाफी लाओ आ सदा सिंह वाले की धरती का बूटा माले वाला लखा लखा दे बूटा बूटा दे लखा बल्ले बल्ले कबड्डी 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 स्वाद आजू मेरे वीरियो कहने भी स्वाद आजू मेरे वीरियो क्या बात है अंक डोली भाई की टीम दे लई है अंक खिडारी वीर ने किसी भी वीर के नाल बहसबाजी नहीं करनी रैफरी के नाल बहसबाजी नहीं करनी किंतु परंतु नहीं करनी खिडारी वीर चंगे नहीं लगते कोई भी खिडारी बहसबाजी ना करे साढ़े प्रबंधकों के नाल जा साढ़े रैफरी वीर है उन्होंने किंतु परंतु ना करे हेलो चल भी लखे नौजवान पास कबड्डी धरती के पूरे दो साल सानू सदीवी भी छोड़ा दे गया साडा यार उधर साढ़े बहुत ही सत्कार दे योग सरदार मनतार सिंह जी बराड़ साहब पहुंचे ने मुख संस्थान सकत्र पंजाब सरदार मनतार सिंह जी बराड़ साहब भी साढ़े पहुंच चुके ने असी बहुत बहुत धन्यवाद करते इतने पहुंचन के जी आखते हैं जिन्हें भी स्पेयर खिलाड़ी है कृपा करके पलवान साइड से हो जा करो मेरे वीर कौके वारसी गड़ियाल चलते मैच के दौरान दोनों टीम पहुंची बेनती है साड़ी कौके वारसी गड़ियाल सैमीफाइनल मैच खेडा जाना बेनती है टीमों कौके दे गड़ियाल दी टीम जल्दी खेड मैदान पहुंच जाना आ मुंडे का नाम मेरे वीर रैंपा रैंपा डोली भाई की धरती का नीने नंबरदार का पेंडू खिडारी तगड़ा जफा मैदान लाता हुआ है गुरजीत कहने भी खालसा लंघे आनी है सुरताल विसला करता है भी अंक जिहड़ा डोली भाई की टीम दे लई है डोली भाई की टीम दे लई कौके ते कड़ियाल बेनती है टीमों जल्दी खेड मैदान के लागे रहना नाल ही 48 का भी फाइनल मैच ना वो टीम भी जिहड़ियां मैदान के लागे रहन साडी बेनती नूं प्रवान करना लो लखा माले की धरती का कि हे परमात्मा मेरे अपने सेवक की सदा तू लाज रखी किसी की शान के खिलाफ ना गलत बुलाई मैं इथों अपने चरणा की धूड़ सिर ते ताज रखी मैं हां भुलनहारा तू है बख्शनहारा सदा खिडारियों नाल मैनू तू याद रखी सो जी लिखण की बख्शी पधाण वाले नूं रुपिंदर जलाल की बुलंद आवाज रखी अमर लोपो की बुलंद आवाज रखी माले वाला लखा कौके ते कड़ियाल सैमीफाइनल टीम जिहड़ियां जल्दी खेड मैदान ते रहना कौके ते कड़ियाल नाल लखा खारे वाला के लखां दी गल करदा लखा गाजीपुर दा जी लल्लियां दा संदीप खाली हथ ना मुड़दा जी लखां दी गल करदा लखा गाजीपुर दा जी लो 21 दी 31 खेड दे मैदान विच अंक खारे दी टीम दे लई लखे ने जिहड़ा जोड़ दित्ता है एक पासे जिले फरीदकोट दी टीम खारा पिंड मेरे वीरियो एक पासे जिले मोगे दी टीम कह सकदे आ वी डोली भाई है बहुत ही इतिहास रही है लो सलीने दे गुरजीत दी कबड्डी मैदान विच पैण जा रही है उधर तीन जाफी कहंदे ने वी टॉप दे खिडारी ने खारे दी टीम दे लो शक्तिमान दे पेंडू खिडारी है किस खिडारी ने जफा लाउणा है लो बूटे ने ट्राई की कह सकते हैं या फिर मेरे वीरियो आ खिडारी उधर देखांगे वी जूझते हुए खेड दे मैदान विच अंक सलीने दा गुरजीत अपनी टीम दे लई जोड़दा होया है वर्सिज कौके वार वार बेनती कर रहे हैं भी टीम जल्दी मैदान के लागे रहना सैमीफाइनल मैच होना है कौके टेकड़ियाल
लाओ मैदान ट्रोली पाई दा उधर देखांगे भी मेनो मेनी हुंदी हुई जवानी अंक जिहड़ा खारे दी टीम दे हिस्से दे विच जुड़दा होया महल्ले वाला लखा उधर साडे सत्कार योग साडे मुख मेहमान साहब जी मतार सिंह जी बराड़ साहब मुख शास्त्री सकत्र पंजाब वह भी साढ़े समय पहुंचे ने असि धन्यवाद करते हैं कि तुसी घर साढ़े आए असी फुले ना समाए साढ़े लिए तरीशीफ लिया कि साढ़े सारे वालों जी आया नू लाओ सदा सिंगल की धरती का बूटा मेरे वीरो ताड़िया मार दो मैच देखने का स्वाद आ रहा है कोट सुखी की धरती से मेरे वीरो मेला लग्या होया है कि दीपा जैलदार हाथ जोड़ करे अरजोई के वध गया पखंड ते साध कोई कोई के तेरे नाम उत्ते बैठ घर अपना चलाउंदे ने के मन खोटा उत्ते लैण चिट्टी लोई के कोट सुखी च पाया लैके फेरा तू रबाब दा के रब्बा ते राज डुब चलिया पंजाब है कि रब्बा ते राज डुब चलिया पंजाब है लाओ खारे की धरती दा लखा मैदान विच मेरे वीरो इस समय कबड्डी पाउंदा होया है कदे गाजीपुर दे लखे की गल मेरे वीरो कदे कहंदे मेरे वीरो पक्के वाले लखे की गल लाओ लक्की लक्की जा रंपा उधर गुरजीत सिंह जी खालसा लंघियाने वाले मेरे वीरो सुरताल दे विच विसल मारदे है भी अंक जिहड़ा खारे वाले लखे दे हिस्से दे विच है कौंके टेकड़ियाल ये टीमां जल्दी लागे रहन नाल ही कबड्डी हड़ताली किलो दीआं टीमां भी मैदान दे लागे रहन फाइनल मैच होना कबड्डी हड़ताली किलो जिन्हें भी दर्शक वीर पुजे ने सारा का बहुत वड्डा धन्नवाद हाँ जी कौंके वारसे कड़ियाल सैमीफाइनल मैच खेडे ना बेनती है साड़ी कौंके वारसे कड़ियाल असी वार बार बेनती करते हैं उधर जैतो वाले अशोक ने फैसला किया है भी अंक जिहड़ा वह मेरे वीर खारे की टीम का अज मुबारकबाद भेजदा साडा यार रमणा यूएस बैठा उधर यार साडा हैप्पी यूएसए नाल साडा वीर अनदीप बराड़ वर्गे नाल मेरे वीर कहंदे ने भी सोनी स्वीडन वाला सारे वीर गोरा इटली वाला मुबारकबाद भेजते हैं अज और सुखी दे कबड्डी गप दे लाओ अंक इस समय तावी दे हिस्से कौंके टेकड़ियाल ये टीमों असी वार बार बेनती करते हैं भी टीम जल्दी खेड मैदान के लाग लखा माले का समय मैदान कबड्डी पाता होया माले की धरती का लखा के माड़ा खेड के खिडारी यार हुंदा तगड़ा कि सीधा साधा नहीं हो जामदा जेड़ा रात रात बानू फिरदा स्टार वो बंदा नहीं हो रहा किसी काम का कि नीना वाला मोड़ा गल्ला सच लिखता है कि हौली हौली बंदा पौड़ी चढ़नी सीखता है हौली हौली बंदा पौड़ी चढ़नी सीखता है माले वाले लखे ने अंक अपनी टीम के लिए जोड़िया कड़ियाल ते कौंके चलते मैच के दोनों टीम मैदान पहुंचनिया चाहिए कड़ियाल ते कौंके खारे वाले लखे की कबड्डी चाहे गोल्डी की गल होवे मेरे वीर खारे की धरती खिडारियों की धरती है ला लखा खारे वाला समय मैदान कबड्डी पाता हुए है लै भी लकी या फिर रैंपे ने गल करनी है आ ट्रोली वाला रैंपा यफा जिहड़ा नहीं ला सकिया अंक खारे की टीम का मैच समाप्त है दसी भी दीपे नंबरदारा कि टीम जित गई है खारे की टीम चलते मैं दी जेतू टीम है जी खारा कौंके ते नाल साड़ी बेनती है जी कड़ियाल दी टीम जल्दी दे नाल खेड मैदान दे लागे आ जाना कौंके ते कड़ियाल जी जेड़ी टीम हुण लेट आऊगी चाहे वह टीम फाइनल दे विच जांदी है ओहदा प्राइज कटांगे ये सख्त रूल कर दिते गए आ कमेटी वाले ने बेनती है कौंके ते कड़ियाल दी टीम जल्दी खेड मैदान दे लागे रहन हेलो प्रबंधक वीर वालों बेनती है भी रेंदे दोने मैच बेनती है मेरी कृपा करके जेडे रेंदे मैच है दोने सौ पवा के करवाए जाएंगे मेरी बेनती अच जुड़ गई बेनती है कबड्डी दी टीमों भी कबड्डी दी टीम दोनों कौके से कड़ियाल दी टीम जल्दी तो जल्दी खेड के मैदान के पहुंचियां इधर निर्मल ने पहला एक बोतल के उपर अपने सारे शरीर का बैलेंस किया जरूर तुम्हें मान सम्मान करना है
जरूर मार सवाल इस वीर दा करना है। मेरी बेनती है भी कृपा करके कबड्डी दी टीमां जरूर पुजियां नूं इधर। गुरमेल साडा वीर बद्दरी वाला जिन्हें बोतल से प्रदर्शन करके दिखाया, जरूर तुसीं मान सम्मान करियो इहदा, क्योंकि जिहड़ी इहने कला इहने प्रदर्शन कीता इहदे लई कोई मेहनत की लोड़ नहीं, कला भुखा ढेडी काफी है। इहदे लई जरूर इहदा मान सम्मान करियो कि कैसा लिखे है। कबड्डी दीआं टीमां कड़ियाल ते नाल बेनती करदे आ भी जल्दी तो जल्दी, क्योंकि पहला धरमे ने भी तरले कढ़े आ ते हुण उही ड्यूटी मेरी है। हैलो हैलो कबड्डी दीआं टीमां क्योंकि ते कड़ियाल जल्दी पुजियां खेड़ दे मैदान दे विच, दोने टीमों नूं बेनती करदे आ। कोट सुखिया दे खारा वो भी अपनी तैयारी करके पुजण जी। कोट सुखिया दे खारा कड़ियाल ते कौके एक मिनट का समा नहीं, टीम दोनों असी कट्टन लगे हैं। कौके दे कड़ियाल, कौके दे कड़ियाल दोनों टीम कट्टन लगे हैं वीर जी। कौके दे कड़ियाल दसो खेडना या नहीं खेडना, कौके दे कड़ियाल दीआं दोनों टीम असी कट्टन लगे हैं। खारा ते कोट सुखिया आ जाण ग्राउंड दे विच, इधर इहदा जरूर मान सम्मान करो। गुरमेल बद्दरी वाला दर्शकों की कचहरी चक्कर ला रहा, कोई आसा लैके किसी दे डर जांदा, कम किसी का रुकता नहीं तो सब का सर जांदा। दोनों टीमों बेनती है, दोनों टीम जल्दी आ जाए ग्राउंड, दोनों टीमों बेनती है। प्रबंधकी वीर कहते भी जे कितने हनेरा हो गया ना, मेरी बेनती है कृपा करके ते मैच जेडे फिर नहीं होणगे, क्योंकि बाद च तुसीं रैफरियां दे गल पैंदे हो उही गल्लां ने फिर नहीं दोनों टीमों सौ पवाई जाएगी। पहला दोनों टीमों पहला सौ पवाई जाएगी, कोई भी झूठी सौ ना खावे ते जे किसी ने झूठी सौ खाधी तुसीं जानदे हो भी सारी उम्र गोडे नहीं दुखन हटते। मेरी बेनती है कृपा करके भी दोनों टीम प्रबंधकों को सैटिस्फाई कर लगिया भी असी रल के मैच नहीं लाते। दोनों टीम टॉप दी टीम, कड़ियाल वालों का भी नाम चलता पंजाब के कप्पा से। कौकियां की टीम नहीं आई, कौकियां की टीम, कौकियां की टीम लास्ट कॉल आ रही, सत श्री अकाल। मेरी बेनती कौकियां की टीम जल्दी आ जाए। उधर गुरमेल बद्दरी वाला रब ने कर एक पोतली जाति बख्शी है, इहदे घर वाली भी इसे तरह पोलियो की शिकार है, पर रब ने पुत दिता है वह सोहना सुनख है, उसके लिए दरबार दुआ अरदास है भी रब नूं लंबी उम्र देवे। इहदा जरूर मान सम्मान करियो। कबड्डी की टीम कौकियां की टीम नहीं आई, कौकियां की टीम थोड़ा जल्दी आ जाए। कौकियां की टीम नूं बेनती, सत्कारयोग
ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਮਨਤਾਰ ਸਿੰਘ ਜੀ ਬਰਾੜ ਪਾਰਲੀਮੈਂਟ ਸੈਕਟਰੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਬੈਠੇ ਸਰਦਾਰ ਗੁਰਮੀਤ ਸਿੰਘ ਜੀ ਬਰਾੜ ਇੰਡੀਅਨ ਰੈਸਲਿੰਗ ਫੈਡਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਸਰਦਾਰ ਰਣਜੀਤ ਸਿੰਘ ਜੀ ਬਰਾੜ ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਮੀਤ ਪ੍ਰਧਾਨ ਸਰਦਾਰ ਹਰਗੋਬਿੰਦ ਸਿੰਘ ਜੀ ਸੰਧੂ ਇੰਟਰਨੈਸ਼ਨਲ ਰੈਸਲਿੰਗ ਕੋਚ ਸਾਡੇ ਕਬੱਡੀ ਦੇ ਰੈਫਰੀ ਸਾਹਿਬਾਨ ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ ਸਰਪੰਚ ਸਾਹਿਬ ਸਾਰੇ ਮੈਂਬਰ ਸਾਹਿਬਾਨ ਖਿਡਾਰੀ ਵੀਰੋ ਤੇ ਸਾਰੇ ਦਰਸ਼ਕ ਵੀਰੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਫਤਿਹ ਸਿੰਘ ਜੀ ਕਰਦਾ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਹਰਕਾ ਦਾਸ ਜੀ ਦੀ ਬਰਸੀ ਤੇ ਸੰਤ ਬਾਬਾ ਮੋਹਨ ਦਾਸ ਜੀ ਨਾਂ ਤੇ ਜੋ ਸਾਡਾ ਸਪੋਰਟਸ ਕਲੱਬ ਚੱਲ ਰਿਹਾ ਉਹਨਾਂ ਵੱਲੋਂ ਟੂਰਨਾਮੈਂਟ ਯੋਜ ਕੀਤਾ ਗਿਆ। ਬਰਾੜ ਸਾਹਿਬ ਤੁਹਾਨੂੰ ਦੱਸਣੀ ਚਾਹੁੰਦਾ ਸ਼ਾਇਦ ਨੌਜਵਾਨਾਂ ਵਾਸਤੇ ਤਾਂ ਇੱਕ ਨਵੀਂ ਗੱਲ ਹੈ 1979 ਦੀ ਗੱਲ ਹੈ। ਸਾਡੇ ਸਟੇਟ ਸੈਕਟਰੀ ਸਾਹਿਬ ਸ਼ਾਇਦ 80 ਬੋਲਦੇ ਸੀ ਉਦੋਂ ਇੱਥੇ ਕੋਟਸੂਗਿਆ ਦੀ ਧਰਤੀ ਤੇ ਇੱਕ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀ ਜੋ ਆਪਣੇ ਆਈ ਜੀ ਉਮਰਾ ਨੰਗਲਾ ਉਹਨਾਂ ਦੇ ਦਾਦਾ ਜੀ ਸਰਦਾਰ ਜੀਵਨ ਸਿੰਘ ਜੀ ਉਮਰਾ ਨੰਗਲੋਂ ਇਨਾਮ ਵੰਡਣ ਆਏ ਸੀ। ਮੈਨੂੰ ਕਹਿੰਦੇ ਇਨਾਮ ਤਾਂ ਵੰਡੂ ਜੇ ਉੱਥੇ ਉਸ ਚੈਂਪੀਅਨਸ਼ਿਪ ਤੇ ਦੇਸੀ ਘਿਓ ਵੰਡੋਗੇ ਪੈਸੇ ਮੈਂ ਦੇ ਕੇ ਜਾਊਂਗਾ। ਉਸ ਵੇਲੇ ਆ ਸਰਦਾਰ ਗੁਰਮੀਤ ਸਿੰਘ ਜੀ ਮੇਰੇ ਨਾਲ ਬੈਠੇ ਆ ਜਿਹੜੇ ਇੰਡੀਆ ਤੱਕ ਪਹੁੰਚ ਗਿਆ ਫਰੀਦਕੋਟ ਕੇਸਰੀ ਪਹਿਲਾਂ ਹੋ ਰਹੇ ਸਨ ਉਹ ਇੱਥੋਂ ਗੁਰਮੀਤ ਸਿੰਘ ਇੱਥੋਂ ਕੋਟਸੂਗੇ ਦੀ ਧਰਤੀ ਤੋਂ ਹੀ ਬਣ ਕੇ ਗਏ ਆ। ਨੌਜਵਾਨੋ ਮੈਂ ਤੁਹਾਨੂੰ ਇਸ ਕਰਕੇ ਗੱਲ ਦੱਸੀ ਆ ਕਿ ਅੱਜ ਕਹਿੰਦੇ ਆ ਪੰਜਾਬ ਦੀ ਧਰਤੀ ਤੇ ਇੱਕ ਛੇਵਾਂ ਦਰਿਆ ਚੱਲ ਰਿਹਾ। ਮੈਂ ਸਮਝਦਾ ਛੇਵਾਂ ਦਰਿਆ ਨਹੀਂ ਸ਼ਾਇਦ ਉਹ ਕਹਿਣ ਤੇ ਕਹਾਉਣ ਚ ਵੀ ਜ਼ਿਆਦਾ ਗੱਲਾਂ। ਆਓ ਅੱਜ ਆਪਾਂ ਫੈਸਲਾ ਕਰੀਏ ਕਿ ਸਾਰੇ ਪੰਜਾਬ ਵਿੱਚੋਂ ਕੋਟਸੂਗਿਆ ਦੀ ਧਰਤੀ ਤੋਂ ਇਹ ਫੈਸਲਾ ਕਰੀਏ ਕਿ ਸਭ ਤੋਂ ਪਹਿਲਾਂ ਆਪਾਂ ਇਸ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਕਿ ਤੁਸੀਂ ਜਿਹੜਾ ਕੋਈ ਮਾੜਾ ਮੋਟਾ ਕਰਦੇ ਵੀ ਆ ਤਾਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਛੱਡਣ ਦੀ ਕੋਸ਼ਿਸ਼ ਕਰੋ। ਦੂਜੇ ਪਾਸੇ ਸਾਡੀਆਂ ਇਸ ਗਰਾਊਂਡਾਂ ਦੇ ਵਿੱਚੋਂ ਆ ਸਰਦਾਰ ਗੁਰਮੀਤ ਸਿੰਘ ਜੀ ਬੈਠੇ ਆ ਹਰਗੋਬਿੰਦ ਸਿੰਘ ਸੰਧੂ ਸਾਹਿਬ ਜਿਹੜੇ ਇੰਡੀਆ ਟੀਮ ਦੇ ਕੋਚ ਬਣ ਕੇ ਗਏ ਸੀ ਇਸ ਕੋਟਸੂਗਿਆ ਦੀ ਧਰਤੀ ਤੋਂ ਹਿੰਦੁਸਤਾਨ ਦੇ ਵਿੱਚੋਂ ਇੱਕੋ ਹੀ ਓਲੰਪਿਕ ਪਹਿਲਵਾਨ ਗਿਆ ਸੀ ਉਹ ਸਾਡਾ ਛੋਟਾ ਪੁੱਤਰ ਪਿਰਤਾ ਇਸੇ ਗਰਾਊਂਡਾਂ ਦੀ ਜੰਮਪਲ ਤੇ ਪੈਦਾਇਸ਼ ਹੈ। ਇਸੇ ਧਰਤੀ ਵਿੱਚੋਂ ਸਾਡੀਆਂ ਹੋਰ ਵੀ ਖੇਡਾਂ ਜਿਵੇਂ ਵਾਲੀਬਾਲ ਅਥਲੈਟਿਕ ਹਿੰਦੁਸਤਾਨ ਦੇ ਅਰਜਨ ਅਵਾਰਡੀ 26 ਮੀਲ ਦੇ ਹਰੇਕ ਸਿੰਘ ਜੀ ਹੋਰਾਂ ਉਹ ਵੀ ਇਹਨਾਂ ਗਰਾਊਂਡਾਂ ਵਿੱਚੋਂ ਪੈਦਾ ਹੋਏ ਆ। ਇਸ ਕਰਕੇ ਨੌਜਵਾਨੋ ਤੁਹਾਨੂੰ ਵੀ ਤੇ ਸਾਰੇ ਦਰਸ਼ਕ ਵੀਰਾਂ ਵਿੱਚੋਂ ਖਿਡਾਰੀ ਵੀਰ ਖੜੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡਾ ਕਮਾਇਆ ਹੋਇਆ ਸਰੀਰ ਤੁਹਾਨੂੰ ਹੀ ਨਹੀਂ ਤੁਹਾਡੇ ਇਲਾਕੇ ਨੂੰ ਵੀ ਮਾਣ ਦਿੰਦਾ ਤੁਹਾਡੇ ਜ਼ਿਲ੍ਹੇ ਨੂੰ ਵੀ ਮਾਣ ਦਿੰਦਾ ਤੁਹਾਡੇ ਪੰਜਾਬ ਦਾ ਵੀ ਸਿਰ ਉੱਚਾ ਹੁੰਦਾ। ਆ ਬੈਠੇ ਆ ਬਰਾੜ ਸਾਹਿਬ ਮੇਰੇ ਨਾਲ ਇਹਨਾਂ ਦੇ ਪਿਤਾ ਜੀ ਸਹਿਕਾਰਤਾ ਮੰਤਰੀ ਪੰਜਾਬ ਸਨ ਉਦੋਂ ਵੀ ਉਸ ਵੇਲੇ ਸ਼ਾਇਦ ਇਹ ਤਾਂ ਪੜ੍ਹਦੇ ਸੀ ਉਦੋਂ ਵੀ ਅਸੀਂ ਟੂਰਨਾਮੈਂਟ ਯੋਜ ਕਰਕੇ ਉਹਨਾਂ ਨੂੰ ਬੁਲਾਇਆ ਸੀ ਉਸ ਵੇਲੇ ਸਾਨੂੰ ਉਹ 5000 ਰੁਪਈਆ ਵੀ ਦੇ ਕੇ ਗਏ ਸੀ। ਅੱਜ ਬਰਾੜ ਸਾਹਿਬ ਹੋਰਾਂ ਨੇ ਮੈਂ ਸਮਝਦਾ ਮਹਿੰਗਾਈ ਵੀ ਵੱਧ ਗਈ ਆ 80 ਲੱਖ ਦੇ ਉੱਤੇ ਇਸ ਕੋਟਸੂਗਿਆ ਨੂੰ ਜਦੋਂ ਤੋਂ ਬਣੇ ਆ ਆ ਟਰਮ ਚੱਲ ਰਹੀ ਆ ਆ ਜਿਹੜਾ ਤੁਹਾਡਾ ਤੁਸੀਂ ਜਿਮ ਵੇਖ ਰਹੇ ਨੌਜਵਾਨਾਂ ਕੱਪੜੇ ਬਦਲ ਕੇ ਆਉਣੇ ਆ ਕਮਰਾ ਤੇ ਸਮਾਨ ਦੇ ਦੇਣ ਵੀ ਸਰਦਾਰ ਮਨਤਾਰ ਸਿੰਘ ਬਰਾੜ ਦੀ ਆ। ਮੈਂ ਤੁਹਾਡੇ ਸਾਰਿਆਂ ਵੱਲੋਂ ਇਹ ਬਰਾੜ ਸਾਹਿਬ ਨੂੰ ਇੱਥੇ ਆਉਣ ਤੇ ਜੀਆ ਕਹਿੰਦਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਸਰਦਾਰ ਗੁਰਮੀਤ ਸਿੰਘ ਜੀ ਬਰਾੜ ਇਹਨਾਂ ਤੋਂ ਚੰਦ ਲਾਭ ਤੁਹਾਡੇ ਨਾਲ ਮੈਂ ਸਾਂਝੇ ਕਰਾਉਣਾ ਚਾਹੁੰਦਾ। ਮੈਂ ਬੇਨਤੀ ਕਰਾਂਗਾ ਸਰਦਾਰ ਗੁਰਮੀਤ ਸਿੰਘ ਜੀ ਬਰਾੜ ਜੋ ਆਲ ਇੰਡੀਆ ਫੈਡਰੇਸ਼ਨ ਦੇ ਮੀਤ ਪ੍ਰਧਾਨ ਵੀ ਆ
ਸਿੰਘ ਜੀ ਬਰਾੜ ਕੋਟ ਸੁਖੀਆਂ ਦੀ ਇਸ ਧਰਤੀ ਦੇ ਉੱਪਰ ਅੱਜ ਸੰਤ ਮੋਹਨ ਦਾਸ ਯਾਦਗਾਰੀ ਟੂਰਨਾਮੈਂਟ ਦੇ ਫਾਈਨਲ ਸਮਾਰੋਹ ਦੇ ਮੌਕੇ ਤੇ ਸਾਡੇ ਵਿੱਚ ਬਤੌਰ ਮੁੱਖ ਮਹਿਮਾਨ ਸ਼ੋਭਤ ਸਰਦਾਰ ਮਨਤਾਰ ਸਿੰਘ ਜੀ ਬਰਾੜ ਚੀਫ ਪਾਰਲੀਮੈਂਟ ਸੈਕਟਰੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਇਸ ਨਗਰ ਦੇ ਸਰਪੰਚ ਸਰਦਾਰ ਕੁਲਦੀਪ ਸਿੰਘ ਢਿੱਲੋਂ ਜੀ ਕਲੱਬ ਦੇ ਪ੍ਰਧਾਨ ਰਾਜੂ ਜੀ ਰਾਜੂ ਸਿੰਘ ਸਰਦਾਰ ਕਮਿੰਦਰ ਸਿੰਘ ਬਰਾੜ ਜੀ ਰਣਜੀਤ ਸਿੰਘ ਬਰਾੜ ਹਰਗੋਬਿੰਦ ਸਿੰਘ ਸੰਧੂ ਜੀ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਮੈਂ ਅੱਜ ਦੂਜੀ ਵਾਰੀ ਕਿਸੇ ਟੂਰਨਾਮੈਂਟ ਦੇ ਵਿੱਚ ਇਸ ਪਿੰਡ ਦੇ ਵਿੱਚ ਆਇਆ ਬਰਾੜ ਸਾਹਿਬ ਨੇ ਦੱਸਿਆ ਨਰਸੀ ਦੇ ਵਿੱਚ ਇਹਨਾਂ ਨੇ ਪਹਿਲਾਂ ਇੱਥੇ ਦੰਗਲ ਕਰਵਾਇਆ ਸੀ ਤੇ ਉਹ ਮੈਨੂੰ ਮਾਣ ਪ੍ਰਾਪਤ ਹੋਇਆ ਉਹਦੇ ਵਿੱਚ ਗੁਰ ਜਿੱਤਣ ਦਾ ਤੇ ਉਹਦੇ ਵਿੱਚ ਆ ਮੈਨੂੰ ਫੋਟੋ ਦਿਖਾ ਰਿਹਾ ਜੀ ਵੀ ਬਰਾੜ ਸਾਹਿਬ ਦੀ ਜੇਬ 'ਚ ਹੈ ਮਾਲ ਮੰਤਰੀ ਸਾਹਿਬ ਜੀਵਨ ਸਿੰਘ ਉਮਰਾ ਨੰਗਲ ਆਏ ਸੀ ਉਸ ਵੇਲੇ ਇਹ ਗੱਲ 37-38 ਸਾਲ ਪੁਰਾਣੀ ਹੋ ਗਈ ਇਹਨਾਂ ਨੇ ਘਿਓ ਮੈਨੂੰ ਦਿੱਤਾ ਜੇਤੂ ਹੋਣ ਦੇ ਨਾਤੇ ਉਹ ਮੇਰਾ ਇੰਨਾ ਹੌਸਲਾ ਵਧਿਆ ਕਿ ਬਾਬਾ ਫਰੀਦ ਕੁਸ਼ਤੀ ਖਾੜੇ ਦਾ ਸੀਨੀਅਰ ਨੈਸ਼ਨਲ ਚੋਂ ਮੈਡਲ ਜਿੱਤਣ ਵਾਲਾ 1980 'ਚ ਮੈਂ ਪਹਿਲਾ ਪਹਿਲਵਾਨ ਬਣ ਗਿਆ ਸੋ ਮੇਰਾ ਇਹ ਗੱਲ ਦੱਸਣ ਤੋਂ ਭਾਵ ਹੈ ਕਿ ਆਹ ਜਿਹੜੇ ਪ੍ਰਬੰਧਕ ਕਰਾਉਂਦੇ ਇਹੋ ਜਿਹੇ ਟੂਰਨਾਮੈਂਟ ਇਹ ਬਹੁਤ ਵਧਾਈ ਦੇ ਪਾਤਰ ਹੈ ਜਿਹੜੇ ਸੈਂਕੜੇ ਖਿਡਾਰੀਆਂ ਨੂੰ ਇਸ ਪਾਸੇ ਲਾਉਂਦੇ ਹੈ ਖੇਡਾਂ ਵਾਲੇ ਪਾਸੇ ਨੌਜਵਾਨਾਂ ਨੂੰ ਤੇ ਇਹਨਾਂ ਦੇ ਕਦਰਦਾਨ ਸਾਡੇ 'ਚ ਬੈਠੇ ਆ ਸਰਦਾਰ ਮਨਤਾਰ ਸਿੰਘ ਬਰਾੜ ਮੈਨੂੰ ਯਾਦ ਹੈ ਜਿਹੜੀ ਗੱਲ ਕੀਤੀ ਇਹਨਾਂ ਨੇ ਸਰਦਾਰ ਜਸਵਿੰਦਰ ਸਿੰਘ ਬਰਾੜ ਇਹਨਾਂ ਦੇ ਪਿਤਾ ਜੀ ਬਾਰੇ ਕਿਉਂਕਿ ਮੈਂ ਉਸ ਵੇਲੇ ਕਾਲਜ 'ਚ ਪੜ੍ਹਦਾ ਸੀ ਇਹਨਾਂ ਦੇ ਵੱਡੇ ਭਰਾ ਸਰਦਾਰ ਬਲਕਾਰ ਸਿੰਘ ਮੇਰੇ ਕਲਾਸ ਫੈਲੋ ਹੈ ਤੇ ਸਰਦਾਰ ਜਸਵਿੰਦਰ ਸਿੰਘ ਜੀ ਬਰਾੜ ਵੀ ਐਂ ਸ਼ੌਂਕ ਰੱਖਦੇ ਸੀ ਪੇਂਡੂ ਖੇਡਾਂ ਦਾ ਕੁਸ਼ਤੀ ਵਾਲਿਆਂ ਨੂੰ ਤੇ ਕਬੱਡੀ ਵਾਲਿਆਂ ਨੂੰ ਪ੍ਰਮੋਟ ਕਰਦੇ ਸੀ ਜਿਵੇਂ ਅੱਜ ਇਹ ਬਰਾੜ ਸਾਹਿਬ ਸਰਦਾਰ ਮਨਤਾਰ ਸਿੰਘ ਬਰਾੜ ਖੁੱਲ੍ਹੇ ਗੱਫੇ ਦਿੰਦੇ ਆ ਇਹ ਸਾਨੂੰ ਵੀ ਜਦੋਂ ਜਾਈਦਾ ਹੁਣੇ 2 ਲੱਖ ਦੀ ਗ੍ਰਾਂਟ ਪਿੱਛੇ ਆਈ ਇਹਨਾਂ ਦੀ ਇੱਕ ਹੁਣ ਕਹਿੰਦੇ ਹੋਰ ਤੁਹਾਡੀ ਤਿਆਰ ਪਈ ਹੈ ਇਹ ਸਾਨੂੰ ਅਨਾਊਂਸ ਕਰਦੇ ਰਹਿੰਦੇ ਆ ਸਾਡੇ ਭਲਵਾਨਾਂ ਨੂੰ ਵੀ ਸਨਮਾਨਿਤ ਕਰਦੇ ਰਹਿੰਦੇ ਆ ਤੇ ਇਸ ਇਲਾਕੇ ਦੇ ਹਰਮਨ ਪਿਆਰੇ ਨੇਤਾ ਔਰ ਹਮੇਸ਼ਾ ਆਸ਼ੀਰਵਾਦ ਦੇਣ ਲਈ ਪਹੁੰਚਦੇ ਆ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਵਧਾਈ ਦਿੰਦਾ ਇੱਥੋਂ ਦੇ ਜਿਹੜੇ ਤੁਹਾਡੇ ਪ੍ਰਬੰਧਕ ਹੈ ਤੇ ਜਿਨ੍ਹਾਂ ਨੇ ਸ਼ੁਰੂ ਕੀਤੀ ਸਰਦਾਰ ਕਮਿੰਦਰ ਸਿੰਘ ਬਰਾੜ ਹੋਰਾਂ ਨੇ ਤੇ ਇਹੋ ਜਿਹਾ ਤੁਸੀਂ ਫੰਕਸ਼ਨ ਕਰਾਉਂਦੇ ਰਿਹਾ ਕਰੋ ਮੈਂ ਉਦੋਂ ਮੈਨੂੰ ਕੋਚ ਸਾਹਿਬ ਨੂੰ ਦੱਸਿਆ ਮੈਂ ਕੋਚ ਸਾਹਿਬ ਨੂੰ ਕਿਹਾ ਵੀ ਆਪਣੇ ਕਲੱਬ ਵੱਲੋਂ 5000 ਰੁਪਏ ਜਿਹੜਾ ਕੁਸ਼ਤੀਆਂ ਕਰਾਉਣੀਆਂ ਉਹਦੇ ਲਈ ਦੇ ਦਿਓ ਤੇ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ 5000 ਦੇ ਕੇ ਚੱਲਿਆ ਮੈਂ ਬਰਾੜ ਸਾਹਿਬ ਤੋਂ 5 ਲੱਖ ਮੰਗ ਲੈਣਾ ਜਾ ਕੇ ਇਹਨਾਂ ਵਾਲਾ ਅਸੀਂ ਗਾਂ ਮੜਦੇ ਰਹਿੰਦੇ ਹਾਂ ਇਹ ਸਾਨੂੰ ਦਿੰਦੇ ਰਹਿੰਦੇ ਆ ਸੋ ਇਸ ਤਰ੍ਹਾਂ ਦੇ ਫੰਕਸ਼ਨ ਕਰਾਉਂਦੇ ਰਿਹਾ ਕਰੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮਨਤਾਰ ਸਿੰਘ ਜੀ ਬਰਾੜ ਚੀਫ ਪਾਰਲੀਮੈਂਟ ਪੰਜਾਬ ਸਰਕਾਰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਚ ਨਾ ਰੋਕਿਆ ਜਾਵੇ ਮੈਚ ਸਟਾਰਟ ਹੀ ਰੱਖਿਓ ਮੈਂ ਆਪਦੀ ਗੱਲ 2 ਮਿੰਟਾਂ 'ਚ ਹੀ ਮੁਕਾ ਦੇਣੀ ਹੈ ਜੀ ਮੈਚ ਸਟਾਰਟ ਆਪਦਾ ਸੰਤ ਬਾਬਾ ਮੋਹਨ ਦਾਸ ਯੂਥ ਕਲੱਬ ਸਰੂ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ NRI ਵੀਰਾਂ ਵੱਲੋਂ 11ਵਾਂ ਸੰਤ ਬਾਬਾ ਮੋਹਨ ਦਾਸ ਜੀ ਯਾਦਗਾਰੀ ਖੇਡ ਮੇਲਾ ਜੋ ਕਿ ਕਲੱਬ ਅਤੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ NRI ਵੀਰਾਂ ਦੇ ਸਹਿਯੋਗ ਨਾਲ ਅੱਜ ਕਰਵਾਇਆ ਜਾ ਰਿਹਾ ਹੈ ਇੱਥੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ AMD ਸਾਹਿਬ ਜੋ ਕਿ ਬਹੁਤ ਅੱਛੇ ਪਹਿਲਵਾਨ ਰਹਿ ਚੁੱਕੇ ਅਤੇ ਅੱਜ ਕੱਲ੍ਹ ਬਹੁਤ ਅੱਛੇ ਸੰਸਥਾ ਚਲਾ ਕੇ ਇਹਨਾਂ ਨੇ ਪੰਜਾਬ ਦਾ ਨਾਂ ਖਾਸ ਕਰਕੇ ਫਰੀਦਕੋਟ ਦਾ ਨਾਂ ਦੁਨੀਆਂ ਦੇ ਨਕਸ਼ੇ ਦੇ ਉੱਤੇ ਲਿਆਂਦਾ ਹੈ ਚੰਗੇ ਚੰਗੇ ਪਹਿਲਵਾਨ ਪੈਦਾ ਕਰਕੇ ਉਹ ਸਾਡੇ ਵਿੱਚ ਬਿਰਾਜਮਾਨ ਹੈ ਭਾਈ ਕਮਿੰਦਰ ਸਿੰਘ ਹੋਰੀ ਜਿਨ੍ਹਾਂ ਨੇ ਯੂਥ ਕਲੱਬਾਂ ਵਾਸਤੇ ਬਹੁਤ ਕੰਮ ਕੀਤਾ ਹੈ ਸਮਾਜ ਸੇਵਾ ਕੀਤੀ ਹੈ ਸਰਦਾਰ ਕੁਲਦੀਪ ਸਿੰਘ ਜੀ ਨੌਜਵਾਨ
सरपंच ने बड़ी बाखूबी अपने पिंड के विकास के काम करा राजू बराड़ जी और इंद्रजीत सिंह जो प्रधान हैं क्लब के ते मैंबर साहबान बाकी जे मैं ना लवा शायद कोई रह सकता ना सारे ही प्रतिष्ठित बैठी हैं और दूरों नेड़े टीम भी पहुंची हैं ते इस पिंड दे ते ऐसे पिंड पासे दे पिंडा दे विचों दर्शक वीर भी पहुंचे हैं पहला फेर फतेह सांझे करते हैं वाहेगुरु जी का खालसा वाहेगुरु जी की फतेह। आज जो है जो प्रोग्राम होंगे हैं पिंड च वैसे भी आने का मौका लगता है पर प्रोग्राम से आइए उसे जिथे असी आपदे आप सुकून प्राप्त करते हैं खेड वेख के ते उथे पिंड का भी भला हो जाता काफी क्योंकि सरकार वालों पिंडा वास्ते जी मदद दी जाती है यह प्रोग्राम से आके कह जाइए तो जे फिर भेज दई दी है। मैं दसना चाहना कि सरकार के सालों में नहीं जदों दी पंचायत दी चोणां हुई दो साल होए हैं इन्हां दोवां सालों के जिहड़े पहलां दित्ते उह वक्खरे है 35 लाख रुपया इत्थे पिंड च पानी आ जांदा सी घर ते गरीब बस्ती उह डुब जांदी सी फसलां डुब जांदियां सीगियां पाइपां पाइयां और उह पानी है जिहड़ा उह सेम नाले दे विच कढ़िया 10 लाख रहे लख रुपए पंचायत घर नूं दित्ते वधिया बन गया 17.5 लाख रुपए नाल सुविधा सेंटर है 7 लाख रुपए लग चुके हैं ते बाकी जिहड़ा समान आउणा है या होर चार दवारी वगैरह वगैरह जिहड़ा हैगा 17.5 लाख नाल सुविधा सेंटर बन के हर फैसिलिटी वास्ते सानूं जिले जाना पैंदा है वह सानूं इत्थों मिलिया करेगी ये 2 महीने तक चालू हो जूगा 10 लाख रुपये गलियां नालियां वास्ते दित्ते सी 2 लाख रुपये असी धर्मशाला 2.5 लाख ट्री गार्डन लई क्योंकि दरख्त वातावरण वधिया रखते हैं ते उन्होंने पशु खा जांदे सी कोई तोड़ के लै जांदा सी ते इसलिए जदों वड्डे हो जांदे उदों दी सफाई आप ही हो जांदी है छोटे सामने औखे हुंदे है 2.5 लाख रुपये पार्क लई और 4 लाख रुपये टुड्डी वाले अड्डे लई 1.5 लाख रुपया मंडी वाले अड्डे लई 1.5 लाख रुपया चमेली वाले अड्डे लई 6 लाख आंगनवाड़ी सेंटर की बिल्डिंग बनाई है 1 लाख मिस्त्रियों वाली धर्मशाला लई कुल 93 लाख रुपया असी 2 सालों के पिंड भेजे और अज मैं दसना चाहना दो क्योंकि मैं जी मैच वेखन करता है तो पिंड के जोड़े सज्जन उन्होंने जी आपकी गल सुन भी करता भी साढ़े पिंड की हो रहा है की करना है थोड़ा पिंड किसान वीर वास्ते मेरी गल ध्यान न सुनो एक थोड़ा पिंड मार्केट कमेटी फरीदकोट ना जुड़िया सीगा और थोड़ा सारा पिंड है जिहड़ा वो आर्त कोटकपुरे जांदा तहसील उन्होंने कोटकपुरा पैंदी है